ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਅਨਦਰ ਵਲੋਗ, ਮਾਈ ਸੈਲਫ ਮੈਗਬੈਂਸ। ਹੋ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਗਾਇਜ਼, ਅੱਜ ਮੈਨੂੰ ਉੱਠੀ ਨੂੰ ਮਤਲਬ ਕਿ ਮੈਂ ਘੰਟਾ ਹੋ ਗਿਆ ਉੱਠੀ ਨੂੰ, 9 ਵਜੇ ਦੀ ਉੱਠੀ ਹਾਂ ਮੈਂ ਅਤੇ 10:30 ਹੋ ਰਹੇ, 11 ਵੱਜ ਰਹੇ ਹੋ ਅਤੇ ਮੈਂ ਹੁਣ ਬੈਡ ਤੋਂ ਉੱਠ ਕੇ ਬਾਹਰ ਆਈ ਹਾਂ ਧੁੱਪੇ। ਸੋ ਫਿਲਹਾਲ ਮੈਂ ਕਰੂੰਗੀ ਬ੍ਰੇਕਫਾਸਟ ਆਪਣਾ, ਅਤੇ ਕਿਉਂਕਿ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀਗੀ ਉੱਠਦੀ ਨੂੰ, ਅਤੇ ਉੱਠ ਕੇ ਮੈਂ ਪਹਿਲਾਂ ਪੰਜੀਰੀ ਖਾਧੀ ਚਾਹ ਦੇ ਨਾਲ। ਸੋ ਹੁਣ ਮੈਂ ਉੱਠ ਕੇ ਧੁੱਪੇ ਆ ਗਈ ਹਾਂ, ਹੁਣ ਮੈਂ ਕਰੂੰਗੀ ਆਪਣਾ ਬ੍ਰੇਕਫਾਸਟ, ਅਤੇ ਅੱਜ ਮੈਂ ਟੋਟਲੀ ਆਪਣੀ ਸਟੱਡੀ ਹੀ ਕਰਨੀ ਹੈ, ਬਿਕੋਜ਼ ਕੱਲ੍ਹ ਹੈਗਾ ਮੇਰਾ ਮਿਊਜ਼ਿਕ ਦਾ, ਵੋਕਲ ਮਿਊਜ਼ਿਕ ਦਾ ਮੇਰਾ ਕੱਲ੍ਹ ਪ੍ਰੈਕਟੀਕਲ ਆ। ਸੋ ਮੈਂ ਉਹਦੀ ਤਿਆਰੀ ਕਰੂੰਗੀ, ਅਤੇ ਉਸ ਤੋਂ ਬਾਅਦ 9 ਤਰੀਕ ਛੱਡ ਕੇ 11 ਤਰੀਕ ਨੂੰ ਮੇਰੇ ਜਿਹੜੇ ਫਾਈਨਲਸ ਆ ਉਹ ਸਟਾਰਟ ਹੋ ਜਾਣੇ ਆ। ਸੋ ਇਲੈਕਟਿਵ ਇੰਗਲਿਸ਼ ਮੈਂ ਪੜ੍ਹਨੀ ਸਟਾਰਟ ਕਰ ਦੂੰਗੀ, ਕਿਉਂਕਿ ਉਹਦਾ ਸਿਲੇਬਸ ਬਹੁਤ ਹੈ ਅਤੇ ਇੱਕ ਦਿਨ ਵਿੱਚ ਕਵਰ ਕਰਨਾ ਮੇਰੇ ਲਈ ਔਖਾ ਹੋ ਜਾਊਗਾ। ਅਤੇ ਇਸ ਕਰਕੇ ਰਿਹਾ ਮੇਰਾ ਬ੍ਰੇਕਫਾਸਟ, ਗੋਭੀ ਦੇ ਨਾਲ ਪਰੌਂਠੀ ਨਾਲ ਅਚਾਰ, ਜਿਹੜਾ ਕਿ ਮੰਮਾ ਨੇ ਕੱਲ੍ਹ ਪਰਸੋਂ ਹੀ ਬਣਾਇਆ ਹੈ। ਜਦੋਂ ਕਿਦਾਂ ਦੀ ਗੱਲ ਹੋਵੇ ਤੁਸੀਂ ਹਵਾ ਚਲਾ ਦਿਆ ਕਰੋ। ਆ ਲਿਆ ਦੇ ਬੰਦੂਕ, ਮੈਨੂੰ ਹੁਣ ਇਹੀ ਕਮੀ ਰਹਿ ਗਈ ਹੈ ਕਿ ਮੇਰੇ ਕੋਲ ਬੰਦੂਕਾਂ ਚਲਵਾਓ। ਹੁਣ ਕੀ ਰਹਿ ਗਿਆ, 6 ਗੋਲੀਆਂ ਤਾਂ 6 ਗੋਲੀਆਂ ਆਉਂਦੀਆਂ, ਵੱਧ ਤੋਂ ਵੱਧ ਤੁਸੀਂ 6 ਬੰਦੇ ਮਾਰ ਦੋਗੇ, ਉਮਰ ਤੁਸੀਂ ਕੱਢ। ਹਾਂ ਤੂੰ ਤਾਂ ਪਹਿਲਾਂ ਹੀ ਨਹੀਂ ਮੈਨੂੰ ਦੇਖਣਾ ਚਾਹੁੰਦਾ ਹੈਗਾ ਵੀ ਇਹ ਦਿਸੇ ਨਾ, ਤੂੰ ਤਾਂ ਪਹਿਲਾਂ ਹੀ ਦੇਖਣਾ ਚਾਹੁੰਦਾ। ਹਾਂ ਲਾ ਕੇ ਖਾਈ ਫਿਰ ਪਰੌਂਠੇ ਜਿਹੜੇ ਹੁਣ ਖਾ ਕੇ ਹਟਿਆ ਆਪੇ। ਮੈਂ ਤਾਂ ਪਹਿਲਾਂ ਹੀ ਮੈਂ ਨਾ ਉਹ ਦਿਨ ਵੀ ਲੜਾਈ ਹੋਈ ਨਾ। ਹੈ ਸਾਰੇ, ਚਲੋ ਚਲੋ ਜਲਦੀ ਆ ਜਾ। ਇੱਕ ਤਾਂ ਇਹਦਾ ਤਾਰਾ ਰਾਰਾ ਨਾ ਹੋਇਆ। ਚਲੋ ਤਿਆਰ ਹੋ ਜਾਓ, ਉੱਥੇ ਕਿਹੜਾ ਵਿਆਹ ਜਾਣਾ ਯਾਰ, ਰੋਟੀਆਂ ਬਣਾਉਣੀਆਂ। ਚਲੋ ਮੈਂ ਆਪਕੋ ਬਤਾਨਾ ਚਾਹਤੀ ਹੂੰ ਕਿ ਮੈਂ ਹਾਂ ਨਾ, ਜਦੋਂ ਪੜ੍ਹਦੀ ਪਈ ਦੁਪਹਿਰ ਬੈਠੀ ਤਾਂ ਮੈਂ ਪੜ੍ਹਦੀ ਰਹੀ, ਅੱਜ ਸਾਰੀ ਦੁਪਹਿਰ ਮੈਂ ਪੜ੍ਹੀ ਗਈਆਂ ਸਿਰਫ, ਠੀਕ ਹੈ, ਮੈਂ ਹੋਰ ਕੁਛ ਨਹੀਂ ਕੀਤਾ। ਫਿਰ ਮੈਂ ਨਹਾਉਣ ਚਲੀ ਗਈ, ਫਿਰ ਮੈਂ ਸੌ ਗਈ ਸੀ। ਹੁਣ ਮੈਂ ਪੜ੍ਹੀ ਇਸ ਕਰਕੇ ਆ ਕਿਉਂਕਿ ਇਹਦਾ ਹੈ 9 ਤਰੀਕ ਨੂੰ ਫੇਅਰਵੈਲ ਦੇ ਵਿੱਚ, ਫੇਅਰਵੈਲ ਜਿੱਥੇ ਪਹਿਲਾਂ ਪੜ੍ਹਦੀ ਸੀ, ਤੇ ਉਸ ਤੋਂ ਨੈਕਸਟ ਡੇ ਜਿਹੜਾ ਪੇਪਰ ਆ ਨਾ ਇੰਗਲਿਸ਼ ਦਾ ਹੈ, ਇਲੈਕਟਿਵ ਇੰਗਲਿਸ਼ ਦਾ ਹੈ, ਉਹਦੀ ਤਿਆਰੀ ਹੈ ਪਹਿਲਾਂ ਤੋਂ ਹੀ ਕਰਕੇ, ਮਤਲਬ ਕਿ ਮੈਂ ਰੱਖ ਲਵਾਂ ਤਾਂ ਕਿ ਮੇਰਾ ਉਹ ਪ੍ਰੋਗਰਾਮ ਆ ਜਿਹੜਾ ਮਿਸ ਨਾ ਹੋਵੇ। ਆਪਾਂ ਬਹੁਤ ਚਲਾ ਮੈਨੂੰ ਨਾ ਬੜਿਆਂ ਨੇ ਕਿਹਾ ਕਿ ਤੂੰ ਆ ਜੀ, ਮਤਲਬ ਦੱਸ ਰਹੀ ਹੈ ਕਿ ਫੇਅਰਵੈਲ ਹੈਗੀ ਹੈ, ਮੈਂ ਕਹੋ ਬਿਲਕੁਲ ਯਾਰ, ਹੁਣ ਇੱਦਾਂ ਦੇ ਮੌਕੇ ਨਹੀਂ ਮਿਸ ਕਰਨੇ ਚਾਹੀਦੇ ਕਿ ਤੁਸੀਂ। ਔਰ ਪਿਛਲੀ ਵਾਰੀ ਜਿਹੜਾ ਫੇਅਰਵੈਲ ਹੋਇਆ ਸੀਗਾ ਨਾ, ਉਸ ਫੇਅਰਵੈਲ ਵਾਲੇ ਦਿਨ ਤੋਂ ਇਹਨੂੰ ਟਾਈਫਾਇਡ ਸ਼ੁਰੂ ਹੋ ਗਿਆ ਸੀਗਾ। ਹਾਂਜੀ, ਤੇ ਮੇਰਾ ਦਿਲ ਨਹੀਂ ਕਰਦਾ ਤੈਨੂੰ ਭੇਜਣ ਨੂੰ, ਕਿਉਂਕਿ ਉਦੋਂ ਨਜ਼ਰ ਲੱਗ ਗਈ ਸੀ ਨਾ ਮੈਨੂੰ, ਨਜ਼ਰ ਲੱਗ ਗਈ ਸੀਗੀ। ਮੈਂ ਆਪਣੇ ਨਾਲ ਆਪਣੀ ਸਹੇਲੀ ਨੂੰ ਕਿਸੇ ਨੂੰ ਲੈ ਕੇ ਜਾਊਂਗੀ, ਮੈਂ ਜਿਹੜੀ ਮੇਰੇ ਨਾਲ ਮਤਲਬ ਕਿ ਸ਼ੁਰੂ ਤੋਂ ਰਹੀ ਹੈ, ਅਲੀਸ਼ਾ, ਅਲੀਸ਼ਾ ਨਾਲ ਗੱਲ ਕਰੂੰਗੀ ਅਤੇ ਆਪਾਂ ਇਕੱਠੇ ਚੱਲਾਂਗੇ। ਮੈਨੂੰ ਪਾਪਾ ਡਰੋਪ ਕਰ ਦੇਣਗੇ ਸਕੂਲ, ਅਤੇ ਮੈਂ ਆਪਣੇ ਸਾਰੀਆਂ ਟੀਚਰਸ ਨੂੰ ਮਿਲ ਕੇ ਆਊਂਗੀ, ਕਿਉਂਕਿ ਮੈਂ ਜਦੋਂ ਟੀਚਰਸ ਨਾਲ ਫੋਨ 'ਤੇ ਗੱਲ ਵੀ ਕੀਤੀ ਸੀਗੀ ਨਾ, ਤਾਂ ਉਹਨਾਂ ਨੇ ਕਿਹਾ ਸੀਗਾ ਮੈਨੂੰ ਕਿ ਤੂੰ ਜ਼ਰੂਰ ਆਈ ਸਕੂਲ, ਅਤੇ ਮੈਂ ਹੁਣ ਉਹਨਾਂ ਨੂੰ ਫੇਅਰਵੈਲ ਵਾਲੇ ਦਿਨ ਨਹੀਂ ਮਿਲਣ ਜਾਣਾ ਹੈ। ਕਾਫੀ ਦਿਨ ਹੋ ਗਏ ਸੀਗੇ ਮੰਮੀ ਵਲੌਗ ਵਿੱਚ ਨਹੀਂ ਆ ਰਹੇ ਸੀਗੇ, ਕਿਉਂਕਿ ਮੰਮਾ ਦੀ ਤਬੀਅਤ ਥੋੜ੍ਹੀ ਢਿੱਲੀ ਸੀਗੀ, ਮੰਮਾ ਢਿੱਲੇ ਸੀਗੇ ਥੋੜ੍ਹੇ। ਨਹੀਂ ਜੀ, ਮੈਂ ਬਹੁਤ ਸਟਰੋਂਗ ਹਾਂ ਔਰ ਮੈਂ ਬਿਲਕੁਲ ਠੀਕ ਹਾਂ ਹੁਣ, ਅਤੇ ਕਹਿੰਦੀ ਤੁਸੀਂ ਮੈਂ ਖਾਣੇ ਲੱਗੀ ਹੂੰ ਖਾਣਾ, ਕਿਉਂਕਿ ਮੈਨੂੰ ਲੱਗੀ ਹੋਈ ਹੈ ਭੁੱਖ, ਤਾਂ ਪਾਪਾ ਕੋ ਮੈਂ ਕਿਹਾ ਥਾ ਲੇਕਰ, ਓ ਮਾਈ ਗੋਡ, ਮੇਰੀ ਹਿੰਦੀ ਪਹਿਲੇ ਤਾਂ ਬਹੁਤ ਸੁੰਦਰ ਹੋ ਗਈ ਹੈ। ਮੈਂ ਨਾ ਪਾਪਾ ਨੂੰ ਕਿਹਾ ਸੀਗਾ ਕਿ ਨਾ ਮੇਰੇ ਲਈ ਗੁਲਾਬ ਜਾਮਣ ਅਤੇ ਰਸਗੁੱਲੇ ਲੈ ਕੇ ਆਇਓ, ਅਤੇ ਪਾਪਾ ਕਹਿੰਦੇ ਸੀ ਹਾਂ, ਕਸਟਰਡ ਵੀ ਮੰਗਵਾਇਆ ਸੀਗਾ, ਫਰੂਟਸ ਵੀ ਮੰਗਵਾਏ ਸੀਗੇ, ਅਤੇ ਉਹ ਸਭ ਕੁਛ ਪਾਪਾ ਲੈ ਕੇ ਆਏ ਅੱਜ ਮੇਰੇ ਵਾਸਤੇ। ਅਤੇ ਵੈਸੇ ਇੱਕ ਗੱਲ ਹੈਗੀ ਆ ਕਿ ਮਤਲਬ ਨਾ ਪੇਰੈਂਟਸ ਬਹੁਤ ਕਰਦੇ ਆ ਬੱਚਿਆਂ ਦਾ, ਅਤੇ ਬਟ ਕਈ ਬੱਚੇ ਹੁੰਦੇ ਆ ਕਿ ਉਹ ਕਦਰ ਨਹੀਂ ਪਾਉਂਦੇ ਉਸ ਚੀਜ਼ ਦੀ, ਬਟ ਅਸੀਂ ਉਹਨਾਂ ਬੱਚਿਆਂ ਵਿੱਚੋਂ ਨਹੀਂ ਹੈਗੇ, ਠੀਕ ਆ, ਅਸੀਂ ਕਦਰ ਪਾਈ ਦੀ ਆ ਪੂਰੀ, ਮੰਮੀ ਪਾਪਾ ਦਾ ਕਹਿਣਾ ਮੰਨੀਦਾ ਆ, ਹੋਰ ਅਦੇ ਬੱਚੇ ਜਾ ਕੇ ਦੇਖੋ ਜਿਹੜੇ ਕਹਿਣਾ ਹੀ ਨਹੀਂ ਮੰਨਦੇ ਹੈਗੇ, ਤੁਸੀਂ ਕਿਹੜਾ ਕਹਿਣਾ ਮੰਨਦੇ ਆ, ਬਸ ਕਰੋ ਮੰਨੀਦਾ, ਸਾਰੇ ਗੱਲਾਂ ਮੰਨੀਆਂ ਤਾਂ, ਅੱਛਾ ਕਿਹੜੀ ਗੱਲ ਨਹੀਂ ਮੰਨੀ, ਇਹ ਦੱਸ ਲਓ। ਚੋਗ ਦੀ ਪਈ ਸੀ ਦੁਪਹਿਰੇ ਵਿਹੜੇ ਦੇ ਵਿੱਚ, ਮੈਨੂੰ ਲੱਗਾ ਤੂੰ ਅੰਦਰ ਕੋਈ ਕੰਮ ਕਰਦੀ ਵੀ, ਰਜਾਈ ਲੈ ਕੇ ਸੁੱਤੀ ਪਈ ਸੀ। ਅੱਛਾ ਤੁਸੀਂ ਮੈਨੂੰ ਵਾਜਾਂ ਵੀ ਮਾਰੀਆਂ ਨਾ, ਉਦੋਂ ਮੈਂ ਥੋੜੀ ਥੋੜੀ ਦੇਖਿਆ, ਪਤਾ ਸੀ ਕਿ ਵਾਜਾਂ ਮਾਰੀਆਂ, ਮੈਨੂੰ ਪਾਪਾ ਨੇ ਵਾਜਾਂ
ਕਹਿਣ ਵਾਲੀਆਂ ਪਰ ਮੈਂ ਉਦੋਂ ਪਈ ਹੋਈ ਸੀਗੀ ਮੈਂ ਉਦੋਂ ਥੋੜੀ ਥੋੜੀ ਨੀਂਦ ਸੀ ਮੈਨੂੰ ਪਤਾ ਲੱਗ ਰਿਹਾ ਸੀਗਾ ਪਰ ਮੇਰਾ ਉੱਠਣ ਚ ਨਾ ਮਤਲਬ ਤੇਰੀ ਫਰੈਂਡ ਦਾ ਹੀ ਫੋਨ ਆ ਰਿਹਾ ਸੀ ਸਾਨੀਆ ਮਿਰਜ਼ਾ ਦਾ ਸਾਨੀਆ ਉਹ ਸਾਨੀਆ ਕੀ ਨਾਮ ਹੈ ਜਮੂਰੀ ਸਾਨੀਆ ਜਮੂਰੀ ਦੇ ਨਾਮ ਤੇ ਮੈਂ ਨੰਬਰ ਸੇਵ ਕੀਤਾ ਐਕਚੁਅਲੀ ਉਹਨੇ ਕੁਝ ਪੁੱਛਣਾ ਸੀ ਮੇਰੇ ਦੇ ਰਿਗਾਰਡਿੰਗ ਮੇਰੇ ਕੋਲ ਉਹਦਾ ਫੋਨ ਆ ਰਿਹਾ ਸੀਗਾ ਤਾਂ ਮੈਂ ਤੈਨੂੰ ਪਹਿਲਾਂ ਮੈਂ ਬੱਜਾ ਮਾਰੀਆਂ ਫਿਰ ਪਾਪਾ ਨੇ ਮਾਰੀਆਂ ਮਤਲਬ ਤੂੰ ਅੰਦਰ ਕੀ ਸਲੀ ਹੋ ਕੇ ਸੁੱਤੀ ਗਈ ਸੀ ਹਾਂ ਹਾਂ ਆਈ ਗੱਲ ਸੀ ਚਲੋ ਰੋਟੀ ਖਾਓ ਫਟਾਫਟ ਮੈਂ ਯਹਾਂ ਪਰ ਬਣਾਈ ਹੋਈ ਹੈ ਐਗ ਕੀ ਬੁਰਜੀ ਤੋ ਮੈਂ ਇਸਕੇ ਸਾਥ ਖਾਉਂਗੀ ਰੋਟੀ ਦਾਲ ਵੀ ਹੋਣੀ ਹੈ ਨਾ ਦਾਲ ਵੀ ਸਬਜ਼ੀ ਗੋਭੀ सुबह हमने लेकर जानी है कॉलेज पालक तो ये उसकी तैयारी है और ये रही खिचड़ी जेडी मम्मा ने दोपहर जेडी मम्मा ने दोपहरे बनाई सी फिलहाल मैं खाऊंगी अपना डिनर से एक मूवी भी बना रहे हैं खिचड़ी केड़ी इजाबेल यूज ड्रामा हो रहा ओ हेलो पेपर आ मेरा परसों ड्रामा ये ड्रामा इस करके हो रहा क्योंकि कल नु जाना है ना उथे तू ਫੇਅਰਵੈਲ ਤੇ ਤਾਂ ਹੋ ਰਿਹਾ ਇਹ ਫਟਾਫਟ ਇਹ ਆਰਡਰ ਆਇਆ ਸੀ ਅੱਜ ਮੇਰਾ ਤੇ ਇਹਨੂੰ ਮੈਂ ਕਿਹਾ ਜਾ ਬਾਹਰੋਂ ਲਿਆ ਤੇ ਉੱਠੀ ਨਹੀਂ ਰਜਾਈ ਸਰਫ ਆਈ ਗਾਇਸ ਸਰਫ ਆਰਡਰ ਕਰੀ ਥੀ ਹਮਨੇ ਹਾਂ ਸਰਫ ਕਾਰਡ ਸੇ ਕੌਨ ਸੀ ਚਲ ਪਹਿਲਾਂ ਹੁਣ ਆ ਕੰਮ ਕਰਾ ਅੱਜ ਮੈਂ ਸ਼ਾਰਟ ਧੋਤਾ ਸੀਗਾ ਤੇ ਇਹਨੂੰ ਇਹਦੇ ਉੱਤੇ ਪਹਿਲਾਂ ਚੜਵਾ ਚਲ ਓ ਯਾਰ ਮੈਂ ਨਿੱਗੀ ਹੋਈ ਆ ਫਿਲਹਾਲ ਨਿੱਗੀ ਹੋਈ ਆ ਤਾਂ ਇਹਦੇ ਨਾਲ ਹੋਰ ਨਿੱਗੀ ਹੋਈ ਡਿਸਟਰਬ ਮੀ ਮੈਂ ਚੱਕ ਕੇ ਮਾਰਨਾ ਕੁਛ ਅੱਛਾ ਪੜਾਈ ਕਰਨੀ ਆ ਮੈਂ ਮੇਰਾ ਪੇਪਰ ਆ ਬਟ ਆ ਚਲ ਉੱਠ ਪਹਿਲਾਂ ਰਜਾਈ ਦਾ ਸ਼ਾਰਟ ਚੜਵਾ ਕੁਛ ਨਹੀਂ ਚਲ ਉੱਠ ਆਉਂਦਾ ਕੁਛ ਨਹੀਂ ਤੁਹਾਨੂੰ ਜਿਹੜਾ ਮਜ਼ਾ ਨਾ ਦਿਨ ਮਤਲਬ ਪੇਪਰ ਤੋਂ 2 ਕੁ ਦਿਨ ਪਹਿਲਾਂ ਪੜਨ ਜਾਂਦਾ ਇਹਦਾ ਪਿੱਟ ਪਿੱਟ ਕੇ ਮਰ ਮਰ ਕੇ ਉਹ ਕਦੀ ਨਹੀਂ ਆਉਂਦਾ ਦੇਖ ਲਓ ਮੇਰੀ ਗੱਲ ਸੁਣੋ ਗਾਇਸ ਸਾਰਾ ਸਾਲ ਜਿਹੜੇ ਬੱਚੇ ਪੜੇ ਹੁੰਦੇ ਆ ਹਨਾ ਉਹ ਜਦੋਂ ਫਿਰ ਪੇਪਰ ਦੇਣ ਜਾਂਦੇ ਉਹ ਕਹਿੰਦੇ ਹੋ ਹਮਾਰੇ ਸਿਰਫ ਇਤਨੇ ਹੀ ਨੰਬਰ ਆਏ ਹੈ 80-90 ਨੰਬਰ ਲੈ ਕੇ ਹੋ ਹਮਾਰੇ ਸਿਰਫ ਇਤਨੇ ਨੰਬਰ ਆਏ ਹੈ ਹੁਣ ਜਿਹੜਾ ਬੱਚਾ ਪਹਿਲਾਂ ਪੜਿਆ ਹੁੰਦਾ ਆ ਇੱਕ ਦਿਨ ਪਹਿਲਾਂ ਪੇਪਰ ਤੋਂ ਫਿਰ ਜਦੋਂ ਪੇਪਰ ਦੇਣ ਜਾਂਦਾ ਉਹ ਕਹਿੰਦਾ ਓ ਮਾਈ ਗੋਡ ਉਹਦੇ ਬਜਾਏ 60 ਕੁ ਨੰਬਰ ਵੀ ਆ ਨਾ ਮੈਂ ਟੱਪਦਾ ਫਿਰਦਾ ਹੋਰ ਪੁੱਛੋ ਨਾ ਤੁਹਾਡੇ ਵਰਗੇ ਇਦਾਂ ਦੇ ਹੁੰਦੇ ਚਲ ਉੱਠ ਕੇ ਪਹਿਲਾਂ ਮੈਨੂੰ ਰਜਾਈ ਦਾ ਸ਼ਾਰਟ ਚੜਵਾ ਦੇ ਚਲ ਚਲ ਉੱਠ ਜਾ ਉੱਠ ਜਾ ਮੈਂ ਸ਼ਾਰਟ ਚ ਪਾ ਕੇ ਜਿਪ ਲਾ ਦੇਣੀ ਆ ਕੋਈ ਚੱਕਰ ਨੀ ਚਲ ਚਲ ਉੱਠ ਸਿੱਧੀ ਕਰ ਰੱਖੋ ਮੈਨੂੰ ਸੌਣ ਤੋਂ ਪਿਆਰਾ ਆ ਦੇਖੋ ਗਾਇਸ ਦੇਖੀਏ ਇਸੇ ਨਿਹਾਰੀਏ ਇਸ ਡੱਬੇ ਕੋ ਯਾ ਦੇਖੀਏ ਫਲਿੱਪ ਉਹ ਕਿੱਡੀ ਵੱਡੀ ਗੱਡੀ ਲੈ ਕੇ ਆਏ ਸੀ ਉਹ ਤੋਂ ਗੇਟ ਵੀ ਸਾਰਾ ਹੀ ਮੁਬਾਰਕਾਂ ਕੀ ਹੈ ਇਨਕਾ ਕਾਰਡ ਤੁਸੀਂ ਉਹਨੂੰ ਖੋਲੋ ਕਾਰਡ ਛੱਡੋ ਐਡਾ ਵੱਡਾ ਸਰਫ ਦਾ ਪੈਕਟ ਮੰਗਾਇਆ ਤੁਸੀਂ ਇੰਨੇ ਬੰਦਾ ਖਾਣ ਵਾਲੀ ਚੀਜ਼ ਮੰਗਾ ਲੈਂਦਾ ਸਰਫ ਵੀ ਕੋਈ ਮੰਗਾਉਣ ਵਾਲੀ ਚੀਜ਼ ਆ ਨਾਈਸ ਹੁਣ ਜਦੋਂ ਇਹ ਨਾ ਖਤਮ ਹੋ ਗਿਆ ਨਾ ਇਹ ਚ ਬੂਟੇ ਲਾ ਲੈਣੇ ਇਹ ਸਾਰੀਆਂ ਮੰਮੀ ਏਦਾਂ ਹੀ ਕਰਦੀਆਂ ਮੈਂ ਦੇਖਿਆ ਨਾ ਚਲੋ ਇਹ ਡੱਬਾ ਤੇਰੇ ਕੰਮ ਆ ਜਾਊਗਾ ਮੈਂ ਪੜ੍ਹਦੀ ਪਈ ਹਾਂ ਕਦੋਂ ਦੀ ਮੱਥਾ ਮਾਰ ਰਹੀ ਇੰਗਲਿਸ਼ ਦੇ ਨਾਲ ਮੈਨੂੰ ਇੰਗਲਿਸ਼ ਹੀ ਭੁੱਲ ਗਈ ਪੜ੍ਹਾਈ ਵੱਲ ਘੱਟ ਧਿਆਨ ਆ ਕੱਲ੍ਹ ਦੇ ਪ੍ਰੋਗਰਾਮ ਵੱਲ ਜ਼ਿਆਦਾ ਆ ਵੀ ਮੈਂ ਕੀ ਪਾ ਕੇ ਜਾਣਾ ਹਾਂ ਸੱਚ ਗਾਇਸ ਮੈਂ ਤੁਹਾਨੂੰ ਬਤਾਉਣਾ ਦੱਸਣਾ ਚਾਹੁੰਦੀ ਹਾਂ ਐਕਚੁਅਲੀ ਕਿ ਕੱਲ੍ਹ ਮੇਰੇ ਪਿਛਲੇ ਸਕੂਲ ਫੇਅਰਵੈਲ ਹੈਗਾ ਆ ਸਾਫ ਸਪਸ਼ਟ ਸ਼ਬਦਾਂ 'ਚ ਤੁਹਾਨੂੰ ਮੈਂ ਕਲੀਅਰ ਕਰ ਦਿੰਦੀ ਹਾਂ ਕਿ ਕੱਲ੍ਹ ਮੈਂ ਆਪਣੇ ਪਿਛਲੇ ਸਕੂਲ ਜਾਣਾ ਆ ਕੱਲ੍ਹ ਪੇਪਰ ਆਉਂਦਾ ਪੈਣਾ ਹਾਂ ਮੱਲੇ ਵਾਲਿਆਂ ਨੇ ਕਹਿਣਾ ਨੇ ਕੀ ਰੋਜ਼ ਦਾ ਕੰਮ ਫੜਿਆ ਪਰਾਂਦੇ ਪਾ ਕੇ ਘੁੰਮਦੀ ਰਹਿੰਦੀ ਇਹਨੂੰ ਨਾ ਸ਼ੁਰੂ ਤੋਂ ਸ਼ੌਂਕ ਵੀ ਪਰਾਂਦੇ ਦਾ ਬਹੁਤ ਜ਼ਿਆਦਾ ਸੀਗਾ ਨਕਲੀ ਬਾਤ ਤੇ ਹੁਣ ਇਹਨੇ ਪਤਾ ਨਹੀਂ ਕਿੰਨੇ ਕੁ ਪਰਾਂਦੇ ਲਿਆ ਕੇ ਰੱਖੇ ਹੋਏ ਆ ਸੋ ਕੱਲ ਮੈਂ ਨਾ ਸਵੇਰੇ 11 ਵਜੇ ਤੋਂ ਤੁਰੂੰਗੀ ਸਭ ਤੋਂ ਜ਼ਿਆਦਾ ਇਹਦੇ ਕੋਲ ਨਾ ਹੇਅਰ ਅਸੈਸਰੀ ਆ ਮੈਂ ਨਾ ਪਰਾਂਦੇ ਹੋ ਗਏ ਵਾਲ ਹੋ ਗਏ ਪਤਾ ਨਹੀਂ ਹੋਰ ਕੀ ਕੀ ਲਿਆ ਕੇ ਰੱਖਿਆ ਮੈਂ ਨਾ ਸਵੇਰੇ 11 ਵਜੇ ਮੈਂ ਸੋਚਿਆ ਕਿ ਮੈਂ ਘਰੋਂ ਤੁਰੂੰਗੀ ਤੇ ਮੈਂ 11:30 ਆਪਣੇ ਸਕੂਲ ਪਹੁੰਚ ਜੂਗੀ ਅੱਧੇ ਘੰਟੇ ਤੁਰ ਕੇ ਜਾਣਾ ਨਹੀਂ ਮਸੀ ਮਸੀ ਚੱਲੀ ਹੈ ਕਿ ਤਰਸ ਤਰਸ ਕੇ
ਮੈਂ ਜੀ ਤਰਸ ਤਰਸ ਕੇ ਜਾ ਰਹੀ ਹਾਂ ਤੇ ਮੈਂ ਪੂਰੇ ਇੱਕ ਸਾਲ ਬਾਅਦ ਜਾ ਰਹੀ ਹਾਂ। ਪਿਛਲੇ ਸਾਲ ਮੈਂ ਆਪਣਾ ਫੇਅਰਵੈਲ ਦੇਖਿਆ ਸੀ, ਇਸ ਸਾਲ ਮੈਂ ਦੂਜਿਆਂ ਦਾ ਫੇਅਰਵੈਲ ਦੇਖਣ ਜਾ ਰਹੀ ਹਾਂ ਆਪਣਾ ਨਹੀਂ। ਤੇ ਆਈ ਐਮ ਸੋ ਹੈਪੀ, ਮੈਂ ਸਾਰੇ ਟੀਚਰਸ ਨੂੰ ਸਭ ਤੋਂ ਪਹਿਲਾਂ ਤਾਂ ਮਿਲ ਕੇ ਆਊਂਗੀ ਤੇ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਮਿਲੂੰਗੀ ਓਬਵੀਅਸਲੀ। ਉਹ ਇੰਨੀਆਂ ਜ਼ਿਆਦਾ ਉਹਨਾਂ ਨੂੰ ਚਾਅ ਚੜਿਆ ਹੋਇਆ ਨਾ ਕਿ ਮਹਿਕ ਨੇ ਆਉਣਾ ਆ ਤੇ ਰੀਬਨ ਕਟਾਣਗੀਆਂ ਕੱਲ। ਹਾਂ ਤੇਲ ਚੋਣਾ ਉਹਨਾਂ ਨੇ ਗੇਟ ਤੇ ਖੜੀਆਂ ਹੋਣਾ ਉਹਨਾਂ ਨੇ ਜਦੋਂ ਮੈਂ ਜਾਣਾ ਤੇ ਮੇਰੇ ਸਿਰ ਚ ਪਾ ਦੇ ਤੇਲ ਸਿਰ ਚ ਕਿਉਂ ਪਾਣਾ। ਮੈਂ ਪਰਸੋਂ ਪਾ ਕੇ ਹਟੀ ਤੇਲ ਸਿਰ ਚ, ਸੋ ਧੋਤਾ ਸੀ ਸਿਰ ਮੈਂ। ਮੈਂ ਤਾਂ ਅੱਜ ਪਾਣਾ ਸੀਗਾ ਤੇ ਮੇਰਾ ਟਾਈਮ ਹੀ ਨਹੀਂ ਲੱਗਾ ਸਾਰਾ। ਗੱਲ ਕਿੱਥੇ ਦੀ ਹੈ, ਕਿੱਥੇ ਲੈ ਗਏ ਆ ਦੇਖ ਲਓ। ਹੋਰ ਕੀ ਹੈ ਤੇਲ ਤੇ ਆ ਮੇਰੇ ਹਜੇ ਵੀ ਨਾ ਹੱਥ ਗਾਈਡ ਫੜੀ ਹੋਈ ਹੈ ਇਲੈਕਟਿਵ ਇੰਗਲਿਸ਼ ਦੀ ਤੇ ਮੈਂ ਪੜ੍ਹਦੀ ਪਈ ਸੀਗੀ। ਮਤਲਬ ਇਹਨਾਂ ਸਿਰਫ ਹੁਣ 3 ਚੈਪਟਰ ਰਹਿ ਗਏ ਕਵਰ ਕਰਨ ਵਾਲੇ ਤੇ ਮੈਂ ਕਰਕੇ ਫੇਰ ਹੀ ਸੋਣਾ ਆ ਕਿ ਕੱਲ੍ਹ ਮੈਂ ਫਿਰ ਨਾ ਆਪਣੇ ਸਕੂਲ ਤੋਂ ਆ ਕੇ ਨਾ ਮੈਂ ਕੱਲ੍ਹ ਕਰ ਲੈਣੀ ਆ ਗ੍ਰਾਮਰ ਯਾਦ, ਹੈ ਨਾ ਗ੍ਰਾਮਰ ਰਹਿ ਜਾਣੀ ਆ ਬਸ। ਫਿਰ ਮੈਂ ਪਰਸੋਂ ਮੇਰਾ ਪੇਪਰ ਆ, ਉਦਣ ਮੈਂ ਝੰਡੇ ਕੱਢੇ ਆਣੇ ਪੇਪਰ, ਫਿਰ ਪਤਾ ਨਹੀਂ ਝੰਡੇ ਗੱਢ ਹੋਣੇ ਆ ਕਿ ਗੱਢ ਹੋਣੇ ਆ। ਇਹ ਸਭ ਰੱਬ 'ਤੇ ਛੱਡਿਆ, ਜਿੱਦਾਂ ਦਾ ਵੀ ਹੋਇਆ ਪੇਪਰ ਮੈਂ ਕਰਿਆਣਾ ਆ। ਬਾਕੀ ਸਿੰਗਲ ਸ਼ੀਟ ਆਫ ਪੇਪਰ ਕੈਨ ਨੋਟ ਜੱਜ ਮਾਈ ਫਿਊਚਰ, ਆਹੀ ਹੁੰਦਾ ਆ ਨਾ। ਬਟ ਰੱਬ ਦੀ ਕਿਰਪਾ ਨਾਲ ਮੈਂ ਤਿਆਰੀ ਆਪਣੀ ਕੀਤੀ ਆ। ਇੱਕੋ ਹੀ ਦਿਨ ਇੱਕ ਕਰਕੇ ਮੈਂ ਆਪਣੀ ਪੜ੍ਹਾਈ ਕੀਤੀ ਅੱਜ। ਅੱਜ ਇੱਕ ਦਿਨ ਲਾ ਕੇ ਮੈਂ ਸਾਰੇ ਚੈਪਟਰ ਯਾਦ ਕੀਤੇ ਆ। ਤੇ ਹੁਣ ਜੇ ਤਾਂ ਮੇਰੇ ਵਧੀਆ ਨੰਬਰ ਆ ਗਏ ਹੈ ਨਾ, ਫਿਰ ਤਾਂ ਚਲੋ ਮੈਂ ਕਹਿੰਦੀ ਹਾਂ ਰੱਬ ਦਾ ਬਹੁਤ ਬਹੁਤ ਸ਼ੁਕਰ ਆ। ਮੈਂ ਸ਼ੁਕਰ ਆ, ਮੈਨੂੰ ਸ਼ੁਕਰ ਵੀ ਨਹੀਂ ਕਰਨਾ ਆਉਂਦਾ। ਇਹੀ ਤਾਂ ਇੱਕ ਸਾਡੇ ਚ ਕਮੀ ਹੈ ਕਿ ਸਾਨੂੰ ਸ਼ੁਕਰ ਹੀ ਨਹੀਂ ਕਰਨਾ ਆਉਂਦਾ ਰੱਬ ਦਾ। ਮੈਂ ਕੁਛ ਵੀ ਹੋ ਜਾਵੇ ਅਸੀਂ ਕਦੀ ਸ਼ੁਕਰ ਕੀਤਾ ਹੀ ਨਹੀਂ ਹੈ। ਕਿਉਂ ਨਹੀਂ ਕੀਤਾ? ਇਨਸਾਨ ਦੀ ਮੈਂ ਗੱਲ ਕਰਦੀ, ਇਨਸਾਨ ਕਦੀ ਸ਼ੁਕਰ ਨਹੀਂ ਕਰਦਾ। ਤਾਂ ਮੈਂ ਜਾਨਵਰ ਲੱਗ ਰਹੀ ਹਾਂ ਤੁਹਾਨੂੰ? ਪਾਗਲ, ਮੈਂ ਸਾਰੇ ਇਨਸਾਨਾਂ ਦੀ ਗੱਲ ਕਰਦੀ ਹਾਂ ਕਿ ਸਾਨੂੰ ਮਤਲਬ ਅਸੀਂ ਵੀ ਉਹਨਾਂ ਚ ਆ ਜਾਂਦੇ ਹਾਂ। ਮਤਲਬ ਕਿ ਇੱਕ ਬੰਦਾ ਹੈ ਨਾ ਸ਼ੁਕਰ ਆਇਆ, ਠੀਕ ਹੈ ਨਾ। ਅੱਛਾ, ਹਾਂ ਮਤਲਬ ਸ਼ੁਕਰਾਨਾ ਜਿਹੜਾ ਰੱਬ ਦਾ ਉਹ ਕਰਦੇ ਰਹਿਣਾ ਚਾਹੀਦਾ ਹੈ, ਠੀਕ ਹੈ ਨਾ। ਅੱਛਾ, ਮੈਨੂੰ ਸਮਝ ਨਹੀਂ ਆਇਆ ਅਜੇ ਵੀ। ਉਹ ਦਿਮਾਗ ਜਿਹਨਾਂ ਦਾ ਘੱਟ ਹੋਵੇ ਘੱਟੇ ਸਮਝ ਲੱਗਦੇ। ਸੋ ਮਤਲਬ ਕਿ ਜੇ ਵਧੀਆ ਨੰਬਰ ਆ ਗਏ ਫਿਰ ਤਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਬਾਬਾ ਜੀ, ਤੁਹਾਡਾ ਵਧੀਆ ਨੰਬਰ ਆਇਆ ਤਾਂ ਕਿਰਪਾ ਕਰਿਓ ਤੁਸੀਂ। ਤੇ ਜੇ ਵਧੀਆ ਨੰਬਰ ਨਾ ਆਏ ਤਾਂ ਫਿਰ ਮੈਂ ਪਲੱਸ ਟੂ ਜ਼ਰੂਰ ਵਧੀਆ ਨੰਬਰ ਲਿਆਉਂਗੀ, ਬਿਲਕੁਲ ਵੀ ਦੁਖੀ ਨਹੀਂ ਹੋਣਾ। ਮੇਰੇ ਘਰ ਦੇ ਮੈਨੂੰ ਅੱਗੇ ਨਹੀਂ ਕੁਛ ਕਹਿੰਦੇ ਹੈਗੇ, ਮਤਲਬ ਇੰਨਾ ਮੇਰੇ 'ਤੇ ਬਰਡਨ ਨਹੀਂ ਹੁੰਦਾ ਕਦੀ ਵੀ ਨੰਬਰਾਂ ਦਾ। ਬਸ ਮਤਲਬ ਇਹ ਆ ਕਿ ਮੇਰੇ ਵਧੀਆ ਨੰਬਰ ਆ ਜਾਂਦੇ ਆ, ਹਮੇਸ਼ਾ ਵਧੀਆ ਨੰਬਰ ਆਉਂਦੇ ਰਹੇ ਆ। ਤੇ ਹੋਪ ਸੋ ਇਸ ਵਾਰ ਵੀ ਵਧੀਆ ਨੰਬਰ ਆਉਣਗੇ। ਪ੍ਰੀ ਬੋਰਡ ਮੈਂ ਦਿੱਤੇ ਨਹੀਂ ਹੈਗੇ ਕਿਉਂਕਿ ਤਾਂ ਮੈਂ ਦਿੱਲੀ ਗਈ ਹੋਈ ਸੀਗੀ ਆਪਣੇ ਨੈਸ਼ਨਲ ਦੇ ਕੰਪੀਟੀਸ਼ਨ ਲਈ। ਸੋ ਬਾਕੀ ਕੱਲ੍ਹ ਦਾ ਜਿਹੜਾ ਵਲੋਗ ਹੈਗਾ ਹੋਣ ਵਾਲਾ ਬਹੁਤ ਜ਼ਿਆਦਾ ਸਪੈਸ਼ਲ। ਮੈਂ ਪੂਰੇ 1 ਸਾਲ ਬਾਅਦ ਆਪਣੀਆਂ ਸਹੇਲੀਆਂ ਨੂੰ ਮਿਲਣ ਜਾਣਾ, ਆਪਣੀਆਂ ਟੀਚਰਸ ਨੂੰ ਮਿਲਣ ਜਾਣਾ ਆ ਅਤੇ ਆਪਣਾ ਫੇਅਰਵੈਲ ਦੇਖਣ ਜਾਊਂਗੀ। ਅਤੇ ਕੱਲ੍ਹ ਮੈਂ ਸੂਟ ਸਾਟ ਪਾ ਕੇ ਤਿਆਰ ਤਿਉਰ ਹੋ ਕੇ ਜਾਊਂਗੀ। ਬੜਾ ਚਾਅ ਆ ਮੈਨੂੰ ਸੱਚੀ ਜਾਣ ਦਾ। ਅੱਜ ਨੀਂਦ ਨਹੀਂ ਆਉਣੀ ਰਾਤ ਨੂੰ? ਨੀਂਦ ਕਿਉਂ ਨਹੀਂ ਆਉਣੀ? ਪੜ੍ਹ ਕੇ ਗਾਇਦ ਮੈਂ ਗਾਈਡ ਖੋਲੀ ਸੀ, ਮੈਨੂੰ ਵਾਸੀ ਆਣੀਆਂ ਸ਼ੁਰੂ ਹੋ ਗਈਆਂ। ਮੰਨੋਗੇ ਮੇਰੀਆਂ ਅੱਖਾਂ ਬੰਦ ਹੋ ਰਹੀਆਂ ਸੀ, ਬਟ ਮੈਂ ਕਹਿੰਦੀ ਮੈਂ ਪੜ੍ਹਨਾ ਆ। ਵਾਲਾ ਦੁੱਧ ਪੀਤਾ ਹੁਣ, ਮੈਂ ਹਲਦੀ ਵਾਲਾ ਦੁੱਧ ਪੀਤਾ ਆ। ਤੁਸੀਂ ਵੀ ਗਾਇਦ ਹਲਦੀ ਵਾਲਾ ਦੁੱਧ ਪੀਆ ਕਰੋ। ਐਕਚੁਲੀ ਨਾ ਮੇਰੇ ਨਾਲ ਕਾਫੀ ਕੁੜੀਆਂ ਹੁੰਦੀਆਂ ਆ ਨਾ, ਮਤਲਬ ਜਿਹੜੀਆਂ ਮਤਲਬ ਜਿਹਨਾਂ ਨਾਲ ਬਣਦੀ ਆ ਨਾ, ਮੋਸਟਲੀ ਬੁਲਾਉਂਦੇ ਆ ਮੈਂ ਸਾਰਿਆਂ ਨੂੰ ਹੀ। ਤੇ ਉਹਨਾਂ ਨੇ ਮਤਲਬ ਕਹਿਣਾ ਨਾ ਕਿ ਮਤਲਬ ਤੇਰਾ ਰੰਗ ਗੋਰਾ ਹੈ, ਤਾਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦੀ ਹੁੰਦੀ ਆ, ਤੁਸੀਂ ਹਲਦੀ ਵਾਲਾ ਦੁੱਧ ਪੀਆ ਕਰੋ, ਅੱਗੇ ਬਿੰਗੇ ਟੇਢੇ ਮੂੰਹ ਬਣਾਉਂਦੀਆਂ ਵੀ। ਤੁਸੀਂ ਪੀ ਕੇ ਦੇਖੋ, ਇੰਨਾ ਸਵਾਦ ਹੁੰਦਾ ਹੈ ਨਾ ਹਲਦੀ ਵਾਲਾ ਦੁੱਧ, ਬਹੁਤ ਸਵਾਦ ਹੁੰਦਾ, ਮੇਰਾ ਤਾਂ ਫੇਵਰੇਟ ਆ। ਤੇ ਐਕਚੁਲੀ ਨਾਨੀ ਘਰ ਜਦੋਂ ਮੈਂ ਹੁੰਦੀ ਸੀ, ਨਾਨੀ ਨੇ ਆਦਤ ਪਾਈ ਹੋਈ ਆ ਹਲਦੀ ਵਾਲਾ ਦੁੱਧ ਪੀਣ ਦੀ। ਨਾਨੀ ਨੇ ਜਦੋਂ ਪੀਣਾ ਨਾ, ਉਦੋਂ ਮੈਂ ਵੀ ਪੀਂਦੀ ਹੁੰਦੀ ਸੀ ਨਾਲ ਹਲਦੀ ਵਾਲਾ ਦੁੱਧ। ਤੇ ਵਿੱਚੋਂ ਉਹਦੇ ਕਿੰਨੀ ਸਾਰੀ ਚੀਨੀ ਪਾਈ ਹੁੰਦੀ ਸੀ, ਮਿੱਠਾ ਮਿੱਠਾ ਕਿੰਨਾ ਟੇਸਟੀ ਲੱਗਦਾ ਹੁੰਦਾ ਸੀ। ਤੇ ਆਪਣੇ ਫਿਲਹਾਲ ਬਹੁਤ ਬੈਨੀਫਿਟਸ ਆ, ਭੁੱਖ ਲੱਗ ਗਈ।
ਮੈਂ ਨਹੀਂ ਹੁਣ ਉੱਠਦੀ ਰਜਾਈ ਚੋਂ, ਮੈਨੂੰ ਠੰਡ ਲੱਗਦੀ ਹੈ। ਅੱਛਾ ਗਾਇਸ ਕਿੰਨੇ ਦਿਨ ਹੋ ਗਏ, ਮੈਂ ਨਾ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦਿੱਤਾ, ਮਤਲਬ ਕਿ ਨਾ ਓਵਰ ਈਟਿੰਗ ਇੱਕ ਹਿਸਾਬ ਨਾਲ, ਇੰਨਾ ਜ਼ਿਆਦਾ ਖਾਣਾ ਸ਼ੁਰੂ ਕਰ, ਤਿੰਨ ਤਿੰਨ ਚਾਰ ਚਾਰ ਫੁਲਕੇ ਖਾ ਜਾਂਦੀ ਸੀ, ਕਿੰਨੇ ਮਤਲਬ ਦਿਹਾੜੀ ਦੇ ਵਿੱਚ ਕਿੰਨੇ ਖਾ ਜਾਂਦੀ ਸੀ, ਮੈਂ ਕੁੱਲ ਮਿਲਾ ਕੇ ਮੈਂ ਖਾ ਜਾਂਦੀ ਹੋਣੀ ਆ 15 ਫੁਲਕੇ ਇੱਕ ਦਿਨ ਦੇ, ਹਨਾ ਮੰਮੀ ਹੋ ਗਏ ਸੀ, ਹੈ ਘੱਟ ਲਾ ਲਓ 10 ਲਾ ਲਓ, ਚਲੋ ਚਲੋ 10 ਲਾ ਲਓ, 15 ਵੀ ਨਹੀਂ ਖਿੰਨੀ ਵੀ ਨਹੀਂ, ਮੈਂ ਬਣਾਏ ਵੀ ਯਾਰ ਮਤਲਬ ਇੱਦਾਂ 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 ਕਰਕੇ ਰੋਟੀਆਂ ਮੈਂ 5-6 ਬਣਾ ਸਕਦੀ ਹਾਂ, ਉਸ ਤੋਂ ਜ਼ਿਆਦਾ ਮੈਂ ਕੋ ਰੋਟੀ ਨਹੀਂ ਖਾਂਦੀ, ਸਬਜ਼ੀਆਂ ਜਿੰਨੀਆਂ ਮਰਜ਼ੀ ਬਣਵਾ ਲਓ, ਡਿਨਰ ਲੰਚ ਇੱਦਾਂ ਕਰ ਕਰਕੇ, ਬ੍ਰੰਚ ਵਿੱਚ ਵੀ ਮੈਂ ਰੋਟੀਆਂ ਠੂਸਦੀ ਰਹਿੰਦੀ, ਇੰਨਾ ਖਾਣਾ ਸ਼ੁਰੂ ਕਰ ਲਿਆ, ਪੰਜੀਰੀ ਇੰਨੀ ਖਾਣੀ ਸ਼ੁਰੂ ਕਰ ਦਿੱਤੀ ਸੀ, ਮੈਂ ਤੁਹਾਨੂੰ ਕੀ ਦੱਸਾਂ, ਪੰਜੀਰੀ ਤੇ ਇਹਨੇ ਖਤਮ ਕਰ ਦਿੱਤੀ ਹੈ, ਵੈਸੇ ਇੱਕ ਪਿੰਨੀਆਂ ਖਾ ਖਾ ਕੇ ਖਤਮ ਕਰ ਦਿੱਤੀਆਂ ਮੈਂ, ਪਿੰਨੀਆਂ ਵੀ ਇਹਨੇ ਹਾਂ ਕਾਫੀ ਇਹਨੇ ਹਾਂ ਪਿੰਨੀਆਂ ਇੰਨੀਆਂ ਖਾਧੀਆਂ ਮੈਂ, ਸਾਰੇ ਜਾਣਦੀਆਂ ਪਿੰਨੀਆਂ ਮੈਂ ਖਾਧੀਆਂ, ਮੈਂ ਕਹਿੰਦੀ ਕਾਲਜ ਵੀ ਜਿਹੜਾ ਵੀ ਮੈਨੂੰ ਮਿਲਦਾ ਸੀ ਮੈਂ ਉਹਨੂੰ ਆਈ ਪੁੱਛਦੀ ਤੁਹਾਡੇ ਘਰ ਪਿੰਨੀਆਂ ਬਣਾਈਆਂ, ਤੁਹਾਡੀ ਮੰਮੀ ਨੇ ਠੰਡ ਆ ਪਿੰਨੀਆਂ ਬਣਾਈਆਂ, ਕਹਿੰਦੀਆਂ ਨਹੀਂ, ਮੈਂ ਕਿਹਾ ਮੈਂ ਲੈ ਕੇ ਆਉਂਗੀ, ਮੇਰੀਆਂ ਖਾ ਬਹੁਤ ਖਾਧੀਆਂ ਨੇ ਪਿੰਨੀਆਂ, ਇਸ ਵਾਰ ਤਾਂ ਇਹ ਸਾਰੀਆਂ ਖਾ ਗਈਆਂ, ਤੇ ਹੁਣ ਥੋੜੀ ਜਿਹੀ ਰਹਿ ਗਈ, ਹੁਣ ਪਤਾ ਨਹੀਂ ਬੇਸਨ ਬਣਾਵਾਂਗੇ ਨਾ, ਹੁਣ ਬੇਸਨ ਤਾਂ ਮੇਰਾ ਇੰਨਾ ਫੇਵਰੇਟ ਹੈ ਨਾ, ਜੇ ਕਿਸੇ ਨੇ ਮੈਨੂੰ ਮਠਾਈ ਦੇਣੀ ਹੋਵੇ ਤਾਂ ਮੈਨੂੰ ਬੇਸਨ ਦੇ ਸਕਦਾ ਆ, ਤੇ ਗੁਲਾਬ ਜਾਮਣ ਦੇ ਸਕਦਾ ਆ, ਤੇ ਬਰਫੀ ਦੇ ਸਕਦਾ ਆ, ਠੀਕ ਹੈ ਜੇ ਗੁਲਾਬ ਜਾਮਣ ਦੇਣੀ ਹੋਵੇ, ਕੱਲ ਹੀ ਗੁਲਾਬ ਜਾਮਣ ਵੀ ਅੱਧਾ ਕਿਲੋ, ਹਾਂ ਖਾ ਚੁੱਕੀ ਆ ਮੈਂ, ਰਸਗੁੱਲੇ ਵੀ ਖਾ ਚੁੱਕੀ ਆ, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੈਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ, ਹੁਣ ਮੈਂ ਖਾਣਾ ਪੀਣਾ ਬੰਦ ਕਰਤਾ ਹੈ, ਥੋੜੇ ਦਿਨਾਂ ਤੋਂ ਬਿਲਕੁਲ ਹੀ ਇਹਨੇ ਬੰਦ ਕਰ ਦਿੱਤਾ, ਇੱਕਦਮ ਪਤਾ ਨਹੀਂ ਇਹਨੂੰ ਕੀ ਹੋਇਆ, ਮੈਂ ਖਾਈ ਨਾ ਮੇਰੇ ਮੂੰਹ ਵੀ ਵਿੱਚ ਵੜ ਗਿਆ ਯਾਰ, ਇੰਨਾ ਕੁ ਮੂੰਹ ਨਿਕਲ ਆਇਆ, ਉਹ ਤੋਂ ਡਾਰਕ ਸਰਕਲ ਦੇ ਨੇ, ਪਿੰਪਲਸ ਵੀ ਕਿੰਨੇ ਹੋਣੇ ਸਟਾਰਟ ਹੋ ਗਏ, ਉਹ ਪਾਣੀ ਘੱਟ, ਅੱਜ ਮੈਂ ਪਾਣੀ ਇੰਨਾ ਪੀਤਾ ਨਾ, ਮੈਂ 3 ਬੋਤਲਾਂ ਪੀ ਗਈ ਪਾਣੀ ਦੀਆਂ, ਨਸ਼ੜੀਆਂ ਵਾਂਗੂ ਚੜੀਆਂ ਰਹਿੰਦੀਆਂ, ਉਹਦੇ ਵਿੱਚ ਇੱਕ ਬੋਤਲ ਦੇ ਵਿੱਚ 4 ਗਲਾਸ ਪੈਂਦੇ ਆ, ਔਰ ਮੈਂ ਧੁੱਪੇ ਬੈਠ ਕੇ ਉਹ ਜਿਹੜੀਆਂ 3 ਬੋਤਲਾਂ ਪੀਤੀਆਂ, ਸਵੇਰੇ ਉੱਠ ਕੇ ਤਾਂ ਜਿਹੜੇ 3 ਗਲਾਸ ਪੀਣੇ ਹੁੰਦੇ ਉਹ ਪੀਣੇ ਹੀ ਹੁੰਦੇ ਆ, ਅੱਜ ਕੱਲ ਮੈਂ ਬਹੁਤ ਜ਼ਿਆਦਾ ਡਾਈਟ ਦਾ ਖਿਆਲ ਰੱਖ ਰਹੀ ਹਾਂ, ਬਹੁਤ ਜ਼ਿਆਦਾ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਵੇਟ ਪੁੱਟ ਔਨ ਕੀਤਾ ਕਾਫੀ ਇਸ ਸਰਦੀ ਦੇ ਵਿੱਚ, ਤੇ ਤੁਸੀਂ ਦੇਖੋਗੇ ਕਿ 1 ਮਹੀਨੇ ਦੇ ਅੰਦਰ ਅੰਦਰ ਕਿ ਮੈਂ 5-7 ਕਿਲੋ ਵੇਟ ਜਿਹੜਾ ਹੈ ਘਟਾਉਣ ਦੀ ਜਿਹੜਾ ਟਾਰਗੇਟ ਆ ਉਹ ਰੱਖਿਆ ਹੋਇਆ ਹੈ, ਤੇ ਇਹ ਜਿਹੜਾ ਫੇਸ ਤੁਹਾਨੂੰ ਇੰਨਾ ਵੱਡਾ ਮੋਟਾ ਦਿਸਦਾ ਪਿਆ ਹੈ ਨਾ, ਕੀ ਮੋਟਾ, ਇਹ ਮਹੀਨੇ 1 ਮਹੀਨੇ ਦੇ ਵਿੱਚ ਇਹ ਅੱਧਾ ਹੋਣ ਵਾਲਾ ਹੈ, ਮੈਂ ਗਾਇਸ ਐਕਚੁਅਲੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੰਮਾ ਨੂੰ ਥਾਇਰਾਇਡ ਦੀ ਪ੍ਰੋਬਲਮ ਵੀ ਹੈ, ਸੋ ਇਸ ਕਰਕੇ ਥਾਇਰਾਇਡ ਕਰਕੇ ਥੋੜੀ ਜ਼ਿਆਦਾ, ਕਿਉਂਕਿ ਮੈਂ ਆਪਣਾ ਵੇਟ ਬਿਲਕੁਲ ਵੀ ਵਧਣ ਨਹੀਂ ਦੇਣਾ ਚਾਹੁੰਦੀ, ਮੰਮਾ ਨੂੰ ਸਭ ਤੋਂ ਉੱਪਰ ਵਾਲੀ ਟੈਬਲੇਟ ਲੱਗੀ ਹੋਈ ਆ 100 mg ਦੀ, ਤੇ ਕਈ ਵਾਰ ਉਹ ਵੀ ਜਿਹੜਾ ਹੈਗਾ ਆ ਕਿ ਅਸਰ ਨਹੀਂ ਕਰਦੀ ਹੈਗੀ, ਤਾਂ ਇਸ ਕਰਕੇ ਇਹੀ ਗੱਲਾਂ ਦੇ ਨਾਲ ਇੱਥੇ ਕਰਦੇ ਹਾਂ ਆਪਾਂ, ਬਾਕੀ ਅਸੀਂ ਸ਼ਾਰਟਸ ਦੇ ਵਿੱਚ ਨਾ ਜਿਹੜੀ ਡੇਲੀ ਮੇਰੀ ਡਾਈਟ ਰੂਟੀਨ ਹੋਊਗੀ ਉਹ ਮੈਂ ਜ਼ਰੂਰ ਸ਼ੇਅਰ ਕਰਿਆ ਕਰੂੰਗੀ, ਤਾਂ ਕਿ ਕਿਸੇ ਹੋਰ ਨੇ ਵੀ ਵੇਟ 'ਚ ਘੱਟ ਕਰਨਾ ਮੇਰੇ ਨਾਲ, ਅਤੇ ਉਹਨੂੰ ਵੀ ਹੈਲਪ ਮਿਲ ਸਕੇ, ਤੇ ਮੈਂ ਉਹ ਬਹੁਤ ਜਲਦੀ ਜਿਹੜੇ ਸ਼ਾਰਟਸ ਜਿਹੜੇ ਉਹ ਜਲਦੀ ਅਪਲੋਡ ਕਰਨੇ ਸ਼ੁਰੂ ਕਰੂੰਗੀ, ਠੀਕ ਹੈ ਮੈਂ ਇਸੇ ਗੱਲ ਦੀ ਖੁਸ਼ੀ 'ਚ ਮੈਨੂੰ ਆਉਣ ਲੱਗ ਪਈ ਹੈ ਨੀਂਦ, ਅਤੇ ਅਭੀ ਭਾਜੀ ਆ ਚੁੱਕੇ ਆ ਘਰੇ, ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਤੁਹਾਨੂੰ ਦਿੰਦੇ ਆ ਕਿ ਅਭੀ ਭਾਜੀ ਆ ਚੁੱਕੇ ਨੇ ਘਰੇ, ਅਤੇ ਆਪਣੇ ਤੇਲ ਨਹੀਂ ਚੋਇਆ ਯਾਰ, ਤੁਸੀਂ ਗਲਤ ਗੱਲ ਆ ਨਾ, ਦੇਖੋ ਕਿਤੇ ਮੈਂ ਕਹਿੰਦੀ ਪਤੀਲੇ ਯਾਰ ਕੀ ਸ਼ਕਲ, ਅਰੇ ਉਹ ਪਤੀਲਾ ਭਾਈ, ਕਭੀ ਯਹਾਂ ਬਸਤੇ ਫਿਰਦੇ ਹੋ, ਕਭੀ ਯਹਾਂ ਬਸਤੇ ਫਿਰਦੇ ਹੋ, ਬਾਤ ਕਿਆ ਹੈ, ਇੱਕ ਜਗ੍ਹਾ ਟਿੱਕੇ ਕਿਉਂ ਨਹੀਂ ਬੈਠਦੇ, ਪਤੀਲੇ ਨੂੰ ਤੁਸੀਂ ਇੱਕ ਜਗ੍ਹਾ ਟਕਾ ਕੇ ਵੀ ਰੱਖ ਦਿਓ ਤਾਂ ਵੀ ਬਲਦੇ ਹੈ ਡੱਬੇ ਫਾਲਤੂ, ਓਕੇ ਗਾਇਸ ਮੇਰਾ ਕਹਿੰਦਾ ਨਿਊ ਬਲੌਗ ਦੇ ਨਾਲ ਉੱਦਾਂ ਕਰਦੇ ਹਾਂ, ਬਾਏ ਬਾਏ ਗੁਲਾਬ।